ਛਾਲੇ ਦੀ ਬਹਿ ਜੇ ਤੇਰਾ ਸੁੰਡ ਕੇ ਫੇੜਾ ਤੇਰਾ ਮੇਰੇ ਛਾਲੇ ਦੀਏ ਤੂੰ ਤਾਂ ਨਾ ਤੇਰੀ ਛੋ ਕਰਸ਼ਾਨਾ ਦੀ ਕਿਸਮਤ 'ਚ ਹੀ ਵੜ ਗਈ ਹੈ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਛਾਲੇ ਦੀਏ ਹੋਰ ਪਾਸੇ ਜਾ ਕੇ ਵੜ ਜਾ ਹੈ ਨਾਲੇ ਮੈਂ ਚਾਚਾ ਛੋ ਨੂੰ ਕਿਹਾ ਸੀ ਝੋਨਾ ਲਾ ਲਾ ਝੋਨਾ ਲਾ ਲਾ ਪਰ ਜੇ ਚਾਚਾ ਛੋ ਝੋਨਾ ਲਾਉਂਦਾ ਪਾਣੀ ਦਾ ਅਰੇਂਜਮੈਂਟ ਨਹੀਂ ਬਿਜਲੀ ਨਹੀਂ ਛੱਡਦੇ ਤੇਰੀ ਛੋ ਸਰਕਾਰਾਂ ਤਾਂ ਨਾ ਜੱਟ ਦੇ ਮਗਰ ਹੱਥ ਧੋ ਕੇ ਪੈ ਗਈਆਂ ਉਧਰ ਪ੍ਰਧਾਨ ਮੰਤਰੀ ਆ ਬਿੱਲ ਨਹੀਂ ਕੈਂਸਲ ਕਰਦਾ ਇੱਧਰ ਹੋਵੇ ਨਾ ਤਾਂ ਹੋਵੇ ਛੁੰਡੀ ਕਦੇ ਸਰਕਾਰ ਨੇ ਤਾਂ ਨਹੀਂ ਛੱਡੀ ਟੀਂਡੇ ਦੇ ਵਿੱਚ ਵੜ ਕੇ ਖਾਈ ਜਾਈ ਰਾਮ ਨੇ ਠੀਕ ਹੈ ਜੱਟਾਂ ਨੂੰ ਪਤਾ ਨਹੀਂ ਲੱਗਣਾ ਗਾ ਜਦੋਂ ਨੂੰ ਨਰਮਾ ਖੇੜੇ ਨੇ ਹੋ ਸਕਦਾ ਸਰਕਾਰਾਂ ਕਿਸੇ ਵੀ ਹੱਦ ਤੱਕ ਗੈਰ ਸਕਦੀਆਂ ਕਿਸਾਨਾਂ ਨੂੰ ਮਾਰਨ ਦੀ ਖਾਤਰ ਬਹਿ ਜੇ ਇਹਨਾਂ ਦਾ ਬੇੜਾ 10 ਮਹੀਨੇ ਹੋ ਗਏ ਸਾਡੇ ਕਿਸਾਨਾਂ ਨੂੰ ਬੇਟਿਆਂ ਨੂੰ ਉੱਥੇ ਕੰਨ 'ਤੇ ਜੂ ਨਹੀਂ ਛੜਕਦੀ ਪਰ ਇੱਕ ਗੱਲ ਹੈ ਇੱਕ ਸਰਕਾਰ ਉੱਤੇ ਵੀ ਹੈ ਜਿਹੜੀ ਉਹ ਸਰਕਾਰ ਹੈ ਨਾ ਜਿੱਦੇ ਉਹ ਸਰਕਾਰ ਨੇ ਫੈਸਲਾ ਕਰਤਾ ਮੇਰਾ ਸਾਲਾ ਕੱਖ ਨਹੀਂ ਰਹਿਣਾ ਇਹਨਾਂ ਦਾ ਜਿਹੜੇ ਕਿਸਾਨ ਵਿਰੋਧੀ ਹੈ ਮੇਰੇ ਸਾਲੇ ਉਧਰੋਂ ਚੁੱਡੀ ਪਈ ਜਾਂਦੀ ਹੈ ਉਧਰੋਂ ਮੇਰਾ ਸਾਲਾ ਜਟਵੈੜ ਦਾ ਪਤਾ ਨਹੀਂ ਤੜਕੇ ਦਾ ਖੇਤ ਭੇਜਿਆ ਵਾ ਇੱਥੇ ਬੈਠਾ ਡਿਪੂਟੀ ਦੇ ਜਾ ਰਿਹਾ ਪੈਣੀ ਮੇਰੇ ਸਾਲੇ ਦੀ ਇਹ ਵੇ ਪੁੱਠਾ ਕੰਮ ਹੈ ਹਜ਼ਾਰ ਨੇ ਮੂਹਰੇ ਲਾਉਣੇ ਚਾਹੀਦੇ ਇੱਥੇ ਲਏ ਤੰਪੜੀਆਂ ਵੀ ਮੇਰੇ ਸਾਲੇ ਦੀਆਂ ਦੇਤੀ ਤੇਲ ਵਾਲੀ ਟੈਂਕੀ ਵਧੀਆ ਕਰਿਆ ਇੱਥੇ ਲਾ ਦਿੱਤੀ ਜਿਹੜੀ ਸਿਸਟਮ ਠੀਕ ਹੈ ਮੇਰੇ ਤਾਂ ਥੋੜੀ ਜੀ ਪਤਲੀ ਹੁੰਦੀ ਹੈ ਥੋੜੀ ਜੀ ਮੋਟੀ ਹੁੰਦੀ ਹੈ ਇਹ ਵੀ ਠੀਕ ਹੈ ਕੁੱਲ ਮਿਲਿਆ ਕੇ ਯਾਰ ਲੈ ਮੇਰੇ ਛਾਲੇ ਬੈਰਿੰਗ ਜਮਾਂ ਡੰਗੇ ਪਏ ਆ ਮਿੱਟੀ ਵਿੱਚ ਪੈਂਦੀ ਆ ਫਿਰ ਬੈਰਿੰਗ ਟੁੱਟਦੇ ਆ ਕਮਾਲ ਦੀ ਗੱਲ ਹੈ ਯਾਰ ਗੱਲਾਂ ਉਹ ਹੈ ਹੀ ਨਹੀਂ ਮੇਰੇ ਛਾਲੇ ਦੀਆਂ ਉਹ ਕਹਿ ਲਿਆ ਉਹ ਚਾਚਾ ਤੂੰ ਕਿਵੇਂ ਆ ਤੂੰ ਕਿਵੇਂ ਪੌਣਾ ਘਾਟਾ ਹੋ ਗਿਆ ਮੈਨੂੰ ਦੇਖਿਆ ਤੈਨੂੰ ਕਿਤੇ ਇੱਧਰ ਹੋ ਜਾਣਾ ਕਿਤੇ ਇੱਧਰ ਕੀ ਦੇਖਿਆ ਨਾ ਤੂੰ ਚਾਚਾ ਕਫੈਨ ਤੇ ਕਿਵੇਂ ਬੈਠਾ ਹੈ ਥੱਲੇ ਆ ਕੇ ਦੱਸ ਆ ਜਾ ਮਾੜਾ ਜਾ ਦੂਜੇ ਦੀ ਕਫੈਨ ਤੇ ਚੜਿਆ ਬੈਠਾ ਬੈਠਾ ਦੂਜੇ ਦੀ ਕਰਪੈਨ ਤੇ ਨਹੀਂ ਚੜਿਆ ਜਾਂਦਾ ਹੁੰਦਾ ਹੈਗਾ ਨਾਲੇ ਗੱਲ ਸੁਣ ਜੇ ਇੰਨੇ ਸ਼ੌਕ ਆਪਦੀ ਲਿਆ ਸਾਹਮਣੇ ਕੌਣ ਖੜਾ ਹੈ ਕੌਣ ਖੜਾ ਕੌਣ ਖੜਾ ਯਾਰ ਤੂੰ ਹੀ ਖੜਾ ਸਾਹਮਣੇ ਜੈ ਪਰੇ ਫੋਰ ਮੈਨ ਖੜਾ ਚਾਚਾ ਸ਼ਾ ਗਹੀਰ ਕੰਬਾਈਨ ਹੁੰਦੀ ਸੀ ਗਹੀਰ ਸ਼ੈਡ ਤੇ ਟਰੈਕਟਰ ਵਾਲੀ ਮੂਹਰੇ ਖੜਾ ਉੱਥੇ
ਹੋਰ ਬਾਈ ਠੀਕ ਆ? ਵਧੀਆ ਠੀਕ ਠਾਕ। ਅੱਛਾ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਕਰਪਿਆਂ ਚਲਾਉਂਦੇ ਆ? ਹੋ ਗਈ 12-13 ਸੀਜ਼ਨ। ਵੈਰੇ ਤੇਰੇ ਸੀਜ਼ਨ ਇੱਥੇ 40-45 ਸੀਜ਼ਨ ਵਾਲਾ ਕਿਹੜਾ। ਚੱਲ ਬਾਈ ਮੈਂ ਮਾੜਾ ਜਿਹਾ ਛਾਟਾ, ਜਿਹੜਾ ਚਾਚਾ ਸੀ ਉਹਨੇ ਮਸ਼ੀਨ ਲਿਆਂਦੀ ਹੈ ਨੇ ਦੱਸਤੇ ਤੇਰੇ ਬਾਰੇ। ਬਾਈ ਆਹ ਕੀ ਚੀਜ਼ ਹੈ? ਇਹ ਰੀਲ ਹੈ ਜੀ, ਰੀਲ ਨੂੰ ਇਹ ਤਸਵੀਰ ਬਣਾਉਂਦਾ, ਇਹਨੂੰ ਕਹਿੰਦੇ ਆ ਚਰਖੜੀ, ਠੀਕ ਹੈ ਨਾ? ਤੇ ਆਹ ਜਿਹੜੀਆਂ ਡੰਡੀਆਂ ਜੀਆਂ ਲਾਈਆਂ ਇਹ ਕਾਹਦੇ ਵਾਸਤੇ? ਇਹ ਕੈਨਾਂ ਨੇ ਜੀ, ਬੱਲੀਆਂ ਲਿਆਉਂਦੀਆਂ ਨੇ ਅੰਦਰ ਖਿੱਚ ਕੇ। ਨਹੀਂ ਪਤਾ ਇਹ ਤਾਂ ਲਾਈਆਂ ਜਾਂਦੀਆਂ ਵੀ ਕੋਈ ਬੰਦਾ ਨੇੜੇ ਨਾ ਆਵੇ, ਜੇ ਨੇੜੇ ਆਵੇ ਡੂੰਘਾ ਜੀਆਂ ਵੱਜਣ। ਫੇਲ ਹੈ ਵੀ ਮੇਰੇ ਅੱਜ ਅੱਗੇ ਵੀ ਮੈਂ ਤੇਰਾ ਜਿਹੜਾ ਟੈਸਟ ਲੈਣਾ ਚਾਚਾ ਸੀ ਉਹਨੇ ਮੇਰੀ ਜ਼ਿੰਮੇਵਾਰੀ ਲਾ ਤੀ, ਠੀਕ ਹੈ ਨਾ? ਪਰ ਜੇ ਇੱਕ ਮਿੰਟ, ਫੋਰਮੈਨ ਕੌਣ ਹੈ? ਚਾਚਾ ਜੀ ਉਹਦਾ ਰੈਕੜਿਆ ਗਿਆ ਵੀਰੇ ਅਛਾਲਾ। ਕਟਰ ਨੀ ਕਹਿੰਦੇ ਇਹਨੂੰ, ਕਟਰ ਬਾਲ ਕਹਿੰਦੇ, ਪ੍ਰੋਪਰ ਨਾਂ ਲੈਣਾ ਚਾਹੀਦਾ ਕਟਰ ਬਾਲ। ਚੱਲ ਠੀਕ ਹੈ ਠੀਕ ਹੈ, ਇਹਨੂੰ ਤਾਂ ਬੰਦ ਕਰ ਲੈਂਦਾ। ਮੇਰੀ ਗੱਲ ਸੁਣ ਚਾਚਾ ਜੀ, ਉਹਨੂੰ ਪਤਾ ਲੱਗ ਗਿਆ ਵੀ ਖੁੱਲ੍ਹਾ ਹੀ ਤਰਿਆ ਫਿਰਦਾ, ਠੀਕ ਹੈ ਨਾ? ਨਹੀਂ ਪਤਾ ਤੈਨੂੰ ਮੇਰੀ ਗੱਲ ਬਾਰੇ, ਠੀਕ ਹੈ ਨਾ? ਆ ਕੀ ਹੈ? ਇਹ ਮੇਨ ਬੈਲਟ ਆ ਨਾ ਜੀ। ਮੇਨ ਬੈਲਟ ਆ ਨੀ, ਸੈਂਕਡ ਬੈਲਟ ਹੈ। ਮੇਨ ਬੈਲਟ ਇਹਦੇ ਵਿੱਚ ਹੁੰਦੀ ਹੈ, ਇਹ ਸੈਂਕਡ ਬੈਲਟ ਹੈ। ਕੁਛ ਨਹੀਂ ਪਤਾ ਤੈਨੂੰ, ਕੁਛ ਵੀ ਨਹੀਂ ਪਤਾ, ਠੀਕ ਹੈ ਨਾ? ਆ ਕੀ ਚੀਜ਼ ਹੈ? ਇਹ ਹਵਾ ਵਾਲੀ ਟੈਂਕੀ ਹੈ, ਇਹ ਤੇਲ ਵਾਲੀ ਟੈਂਕੀ ਹੈ, ਠੀਕ ਹੈ ਨਾ? ਮੈਂ ਤੇਰੇ ਨਾਲ ਕੱਟੀ ਆ ਨਾ, ਆਪਾਂ ਛਿੱਤਰ ਛਿੱਤਰ ਵੀ ਹੋਣੇ ਆ। ਇਹ ਬੰਦਾ ਨਵਾਂ, ਇਹਨੂੰ ਦੁਖੀ ਨੀ ਕਰਨਾ, ਤੈਨੂੰ ਪਹਿਲਾਂ ਸਮਝਾ ਦਿੱਤੀ। ਜੇ ਨਵਾਂ ਕਰਕੇ ਦੱਸ ਰਿਹਾ, ਜਟਵੇੜਾ ਰੁਪਈਆ 20 ਲੱਖ ਲਾਤਾ, ਜੇ ਡਰਾਈਵਰ ਮਾੜਾ ਰੱਖਿਆ ਗਿਆ ਰਿਗੜੇ ਜਾਵਾਂਗੇ, ਠੀਕ ਹੈ ਨਾ? ਮੇਰੀ ਗੱਲ ਸੁਣ, ਮੈਂ ਚਾਚਾ ਸ਼ੌਂਕ ਹੈ ਨਾ, ਜਿਹਦੀ ਮਰਜ਼ੀ ਸ਼ੌਂਕ ਵਾਲਾ, ਮੈਂ ਜਿਹੜੇ ਕੰਬਾਈਨ ਦਾ ਫੋਰਮੈਨ, ਸ਼ਹਿਰਾ ਪਤਾ ਮੈਨੂੰ ਕਿਹੜਾ ਗੇਅਰ ਕਿੱਥੇ ਕੀ ਗੱਲ ਫੋਰਮੈਨ ਹੈਗਾ। ਮੇਰੀ ਗੱਲ ਸੁਣ ਲਾ ਰਾਮ, ਤੂੰ ਹੀ ਸੁਣ ਲਾ, ਉਹ ਕਹਿ ਲਿਆ ਨਾ ਦੱਸ, ਸਾਫ਼ ਕਰਨੀ ਹੈ ਕੰਬਾਈਨ, ਠੀਕ ਹੈ? ਸਾਰੇ ਆ ਝਾਰਨ ਚੱਪੇ ਸਾਫ਼ ਕਰਕੇ ਚਲਾਉਣੀ ਆਪਾਂ ਕੱਲ ਨੂੰ ਕੰਪਾਇਨ। ਇਹ ਫਿਕਰ ਹੈ। ਅੱਛਾ ਮੈਨੂੰ ਐ ਦੱਸ ਵੀ ਤੈਨੂੰ ਜਿਹੜਾ ਆਪਣਾ ਇਹਦਾ ਨਿੱਕੜ ਛੁੱਕੜ ਦਾ ਪਤਾ ਕਿਹੜਾ ਕਿੱਥੇ ਹੁੰਦਾ? ਪਤਾ ਜੀ, ਹੈ ਮੋਟਾ ਮੋਟਾ ਨੂੰ ਸਾਰਾ ਕੁਝ ਪਤਾ? ਨਹੀਂ ਪਤਾ, ਜੇ ਮੂੰਹ ਦੱਸਦਾ ਬੰਦੇ ਦਾ, ਮੈਨੂੰ ਮੂੰਹ ਦੱਸਦਾ ਬੰਦੇ ਦਾ ਨਹੀਂ ਪਤਾ ਇਹਨੂੰ। ਗੱਲ ਸੁਣ, ਰਗੜਿਆ ਗਿਆ ਸੀ ਕਿਉਂ? ਗੱਲ ਕਰ, ਤੇਰੇ ਕੋਲੇ ਫੋਰਮੈਨ ਆ ਖੜੇ। ਬਸ ਠੀਕ ਹੈ, ਉਹ ਤੈਨੂੰ ਆਉਂਦਾ ਸ਼ਾਰਾ ਆਉਂਦਾ ਮੈਨੂੰ, ਮੈਂ ਖੋਲ ਕੇ ਜੜ ਦਿਆ ਕਰਪੈਨ। ਚਾਚਾ ਗੱਲ ਕਰਦੇ ਤੂੰ, ਚੱਲ ਫਿਰ ਮੇਰੀ ਗੱਲ ਸੁਣ ਲੈ ਹੁਣ, ਮੈਂ ਇੱਕ ਸਮਾਨ ਸੰਦਾ ਲੈ ਕੇ ਆਉਣਾ, ਤੂੰ ਐਂ ਕਰ ਠੀਕ ਹੈ, ਆਹ ਖੋਲ ਲੈ ਜਿਹੜਾ ਜਿਹੜਾ ਸਾਫ਼ ਕਰਨ ਚੀਜ਼ਾਂ ਕਰ ਦੇ, ਠੀਕ ਹੈ? ਤੇਰੀ ਜ਼ਿੰਮੇਵਾਰੀ ਹੈ। ਪੈਸਿਆਂ ਦੀ ਗੱਲ ਖੋਲ ਲੈ ਚਾਚਾ, ਫਿਰ ਕੱਲ ਨੂੰ ਫਰਕ ਨਹੀਂ ਪੈਂਦਾ ਵੀ ਰੌੜਾ ਨਹੀਂ ਪੈਂਦਾ ਇਸ ਗੱਲ। ਪੈਸੇ ਲੈਗਾ ਮੈਂ ਚਾਚਾ, ਲਵਾਂਗਾ 1.5 ਲੱਖ। ਦੂਰ ਤਾਂ ਥੱਲੇ ਤਾਂ ਗੱਲ ਬੈਠਣੀ ਨਹੀਂ ਬਈ, ਉਹੀ ਤੇਰੀ ਉਹੀ ਨਹੀਂ ਨਾ ਤੇਰੀ ਨਾ ਮੇਰੀ, 15 ਚ ਗੱਲ ਨਿਬੜ ਗਈ। 15,000 ਚ ਉਹ 6 ਚ 1500 ਚ ਗੱਲ ਨਿਬੜ ਗਈ ਚਾਚਾ, ਠੀਕ ਹੈ? ਹੁਣ 1500 ਦੀ ਬਣ ਗਿਆ ਯਾਰ, ਆਮ ਮੂੰਹ ਤੇ ਖੜਾ 1500 ਚ ਡਨ ਹੈ ਗੱਲ। ਲਿਖ ਲਗਾ ਤਾਂ ਨਹੀਂ ਗਾ, ਕਿਰਪਾ ਮੈਂ ਹੀ ਚਲਾਉਂਗਾ ਅੱਧ, ਠੀਕ ਹੈ ਨਾ? ਕੰਪਾਇਨ ਅੱਧੀ ਅੱਧੀ ਚਲਾਣਾ, ਤੂੰ ਉੱਥੇ ਖੜਾ ਨਾ ਰਿਹਾ ਕਰੀ, ਮੈਂ ਤੈਨੂੰ ਸਿੱਧੀ ਗੱਲ ਦੱਸਦੀ, ਪਹਿਲਾਂ ਸਾਫ਼ ਸਫਾਈ ਕਰਾ ਯਾਰ। ਮੈਂ ਤੈਨੂੰ ਮੇਰੀ ਗੱਲ ਸੁਣ, ਜੱਟਾਂ ਇਹ ਕਹਿਣਗੇ ਵੀ ਕਿਰਪਾਨ ਸਾਰੀ ਸਿੱਟ ਕੀ ਨੇ ਕਰੀ। ਮੈਂ ਤੈਨੂੰ ਇੱਕ ਗੱਲ ਰਹੀ ਬਾਈ ਬਣ ਕੇ, ਹੁਣ ਬਾਲੇ ਗੱਲਾਂ ਨਾ ਮਾਰ, ਤੈਨੂੰ ਬਹੁਤ ਟਾਈਮ ਹੋ ਗਿਆ ਬਕਵਾਸ ਕਰਦੇ, ਚਾਬੀਆਂ ਫੜਾ ਠੀਕ ਆ, ਅੱਜ ਕਰ ਸਾਫ਼। ਤੈਨੂੰ ਇਹ ਗੱਲ ਦਾ ਪਤਾ ਨਹੀਂ ਕਿੱਥੋਂ ਸਾਫ਼ ਚਾ।